ਜਿਮ ਦੇ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਪੀੜਤ ਮਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਫਰਵਰੀ ਮਹੀਨੇ ਦੇ ਵਿੱਚ ਇਸ ਨੌਜਵਾਨ ਦਾ ਵਿਆਹ ਹੋਣਾ ਸੀ। ਪਰਿਵਾਰ ਦੇ ਇਲਜ਼ਾਮ ਨੇ ਕਿ ਉਹਨਾਂ ਦਾ ਪੁੱਤ ਜਿਮ ਗਿਆ ਸੀ ਅਤੇ ਉਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨੇ, ਨਾਲ ਹੀ ਉਸਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਜਦਕਿ ਪੁਲਿਸ ਦੇ ਮੁਤਾਬਿਕ 10 ਮਿੰਟ ਇਸ ਨੌਜਵਾਨ ਨੇ ਜਿਮ ਕੀਤੀ, ਫਿਰ ਥੱਲੇ ਆ ਗਿਆ ਜਿੱਥੇ ਇੱਕਦਮ ਉੱਪਰੋਂ ਡਿੱਗ ਪਿਆ। ਹਸਪਤਾਲ ਦੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਦਾ ਨਾਮ ਸੁਖਚੈਨ ਸਿੰਘ ਉਰਫ ਸ਼ੈਰੀ ਸੀ। ਮ੍ਰਿਤਕ ਦੀ ਮਾਂ ਦੇ ਮੁਤਾਬਿਕ ਹਾਲੇ 2 ਦਿਨ ਪਹਿਲਾਂ ਉਸਨੇ ਜਿਮ ਜਾਣਾ ਸ਼ੁਰੂ ਕੀਤਾ ਸੀ ਅਤੇ ਉਸ ਦਿਨ ਉਸਨੇ ਫੋਟੋ ਵੀ ਭੇਜੀ ਸੀ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ। ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ, ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸੋ ਫਰਵਰੀ ਮਹੀਨੇ ਦੇ ਵਿੱਚ ਇਸ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਸੀ, ਪਰ ਅੱਜ ਇਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਜਿਮ ਦੇ ਵਿੱਚ ਹੀ ਮੌਤ ਹੋ ਗਈ। ਪੀੜਤ ਦੀ ਮਾਂ ਦੇ ਮੁਤਾਬਿਕ ਜਿਮ ਦੇ ਕਿਰਾਏ ਨੂੰ ਲੈ ਕੇ ਇਸ ਨੌਜਵਾਨ ਨੂੰ ਮਾਰਿਆ ਗਿਆ ਅਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਦੀ ਮੰਗ ਵੀ ਕੀਤੀ ਗਈ। ਓਨਰ ਨਾਲ ਮੇਰੀ ਗੱਲ ਹੁੰਦੀ ਹੈ, ਓਨਰ ਮੈਨੂੰ ਇਹ ਕਹਿੰਦਾ ਮੈਨੂੰ ਇੱਥੇ ਲੈ ਆ, ਜੇ ਓਨਰ ਉਹਨੂੰ DMC ਲੈ ਕੇ ਗਿਆ ਸੀ ਤਾਂ ਉਹਨੂੰ ਐਡਮਿਟ ਤਾਂ ਕਰਵਾਉਂਦਾ ਨਾ, ਕੋਈ ਲਵਾਰਸ ਤਾਂ ਨਹੀਂ ਸੀਗਾ, ਜੇ ਉੱਥੇ ਕੋਈ ਪੈਸੇ ਭਰਨੇ ਸੀ ਕੁਛ ਸੀ। ਉਹ ਮੈਨੂੰ ਫੋਨ ਮਾਰਦਾ ਵੀ ਆਂਟੀ ਜੀ ਮੈਂ ਤੁਹਾਨੂੰ ਭੇਜਦਾ ਵਾ, ਤੁਸੀਂ ਪੇਮੈਂਟ ਭਰੋ, ਇਹਨੂੰ ਐਡਮਿਟ ਕਰਵਾ ਰਿਹਾ ਵਾ। ਉਸ ਬੰਦੇ ਨੇ ਐਡਮਿਟ ਨਹੀਂ ਕਰਾਇਆ, ਕੁਛ ਨਹੀਂ ਕਰਾਇਆ, ਉਹਨੂੰ ਲਵਾਰਸ ਛੱਡ ਕੇ ਭੱਜ ਗਿਆ। ਮੈਨੂੰ ਇਹਨਾਂ ਨੇ ਜਦੋਂ ਫੋਨ ਕੀਤਾ ਮੈਨੂੰ ਕਹਿੰਦੇ ਜੀ ਚੱਲ ਪੋ, ਮੈਂ ਉਹਤੋਂ ਚੱਲੀ ਜਾਂ ਮੈਨੂੰ ਕੱਲ੍ਹ 3 ਵਜੇ ਤੱਕ ਇਹ ਨਹੀਂ ਸੀ ਪਤਾ ਕਿ ਮੇਰਾ ਬੱਚਾ ਐਕਸਪਾਇਰ ਹੋ ਗਿਆ। ਜਿਮ ਦਾ ਮੈਟਰ ਹੈ, ਕਿੱਥੇ ਦਾ ਮੈਟਰ ਹੈ ਅਤੇ ਕੀ ਗੱਲਬਾਤ ਹੋਈ ਜੀ? ਜਿਮ ਫਤਿਹ ਜਿਮ ਹੈ ਰਿਸ਼ੀ ਨਗਰ ਦੇ ਵਿੱਚ। ਇਹ ਲੜਕਾ ਜਿਹੜਾ ਸੁਖਚੈਨ ਸਿੰਘ ਹੈ, ਉੱਥੇ ਸ਼ਨੀਵਾਰ ਨੂੰ ਉਹਨੇ ਉੱਥੇ ਜੁਆਇਨ ਕੀਤਾ, ਐਤਵਾਰ ਨੂੰ ਰੈਸਟਰੀ ਮੰਡੇ ਗਿਆ, ਉੱਥੇ ਸ਼ਾਮ ਨੂੰ 9 ਵਜੇ ਗਿਆ, ਉੱਥੇ ਜਾ ਕੇ ਇਹਨੇ 10 ਮਿੰਟ ਲਾਏ, ਉਸ ਤੋਂ ਬਾਅਦ ਫਸਟ ਫਲੋਰ 'ਤੇ ਥੱਲੇ ਆ ਗਿਆ। ਜਿਹੜੇ ਆਇਆ ਤਾਂ ਉੱਥੇ ਡਿੱਗ ਪਿਆ, ਇੱਕ ਉੱਥੇ ਮਹਿੰਦੀ ਵਾਲਾ ਸੀ, ਉਹਨੇ ਉੱਥੇ ਇਹਨੂੰ ਡਿੱਗੇ ਨੂੰ ਦੇਖਿਆ ਅਤੇ ਉਹ ਚੱਕ ਕੇ ਜਦੋਂ ਹਸਪਤਾਲ ਲਏ, ਰਮਨ ਹੋਸਪਿਟਲ ਲੈ ਕੇ ਆਏ ਪਹਿਲਾਂ, ਉੱਥੇ ਉਹਨਾਂ ਨੇ ਜਵਾਬ ਦੇ ਦਿੱਤਾ। ਉਸ ਤੋਂ ਬਾਅਦ DMC ਲੈ ਗਏ, DMC ਵਾਲਾ ਨੇ ਡੈੱਡ ਘੋਸ਼ਿਤ ਕਰਤਾ ਸੀ ਮੌਕੇ ਦੇ ਉੱਤੇ। ਅਤੇ ਸਰ ਗੱਲ ਕਰੀਏ, ਕਿੰਨੀ ਕੁ ਉਮਰ ਸੀ ਨੌਜਵਾਨ ਦੀ? 29 ਸਾਲ ਦੀ ਉਮਰ ਆ ਮੁੰਡੇ ਦੀ। ਅਤੇ ਸਰ ਪਰਿਵਾਰ ਨੂੰ ਕਿਤੇ ਨਾ ਕਿਤੇ ਸ਼ੱਕ ਆ, ਤਾਂ ਪੋਸਟਮਾਰਟਮ ਕਰਾਇਆ ਜਾ ਰਿਹਾ ਜੀ? ਪਰਿਵਾਰ ਦਾ ਜਿਹੜਾ ਸ਼ੱਕ ਆ ਪੋਸਟਮਾਰਟਮ ਕਰਾ ਕੇ ਦੂਰ ਕਰ ਦਾਂਗੇ, ਜੋ ਕੋਈ ਜਿਹੜਾ ਵੀ ਸ਼ੱਕ ਹੈਗਾ ਉਹ ਕਲੀਅਰ ਹੋ ਜਾਏਗਾ ਪੋਸਟਮਾਰਟਮ ਕਰਾਉਣ ਤੋਂ ਬਾਅਦ। ਸ਼ੱਕੀ ਹਾਲਾਤਾਂ 'ਚ ਮੌਤ ਹੋਈ? ਨਹੀਂ, ਸ਼ੱਕੀ ਹਾਲਾਤਾਂ 'ਚ ਕਹਿ ਤਾਂ ਨਹੀਂ ਸਕਦੇ, ਲੇਕਿਨ ਜਿਹੜੀ ਸ਼ੱਕ ਆ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋ ਗਈ। ਅਤੇ ਕੋਈ ਵੀਡੀਓ ਸਰ ਸਾਹਮਣੇ ਆਈ? ਵੀਡੀਓ ਦੀ ਕੋਈ ਸਾਹਮਣੇ ਨਹੀਂ ਆਈ, ਵੈਰੀਫਾਈ ਕਰ ਲਿਆ, ਇਹ ਬੰਦਾ ਫਸਟ ਫਲੋਰ 'ਤੇ ਆ ਕੇ ਡਿੱਗ ਪਿਆ ਸੀ। ਲੇਕਿਨ ਨੈਕਸਟ ਜੋ ਵੀ ਇਨਵੈਸਟੀਗੇਸ਼ਨ ਜਾਊਗਾ ਦੇਖ ਲਾਂਗੇ, ਜੇ ਬਣਦੀ ਹੋਈ ਕਾਰਵਾਈ ਕਰਾਂਗੇ ਜਿਹੜੀ। ਠੀਕ, ਥੈਂਕ ਯੂ। ਜਿਮ ਦੇ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਪੀੜਤ ਮਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਫਰਵਰੀ ਮਹੀਨੇ ਦੇ ਵਿੱਚ ਇਸ ਨੌਜਵਾਨ ਦਾ ਵਿਆਹ ਹੋਣਾ ਸੀ। ਪਰਿਵਾਰ ਦੇ ਇਲਜ਼ਾਮ ਨੇ ਕਿ ਉਹਨਾਂ ਦਾ ਪੁੱਤ ਜਿਮ ਗਿਆ ਸੀ ਅਤੇ ਉਸਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨੇ, ਨਾਲ ਹੀ ਉਸਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਜਦਕਿ ਪੁਲਿਸ ਦੇ ਮੁਤਾਬਿਕ 10 ਮਿੰਟ ਇਸ ਨੌਜਵਾਨ ਨੇ ਜਿਮ ਕੀਤੀ, ਫਿਰ ਥੱਲੇ ਆ ਗਿਆ ਜਿੱਥੇ ਇੱਕਦਮ ਉੱਪਰੋਂ ਡਿੱਗ ਪਿਆ। ਹਸਪਤਾਲ ਦੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਦਾ ਨਾਮ ਸੁਖਚੈਨ ਸਿੰਘ ਉਰਫ ਸ਼ੈਰੀ ਸੀ। ਮ੍ਰਿਤਕ ਦੀ ਮਾਂ ਦੇ ਮੁਤਾਬਿਕ ਹਾਲੇ 2 ਦਿਨ ਪਹਿਲਾਂ ਉਸਨੇ ਜਿਮ ਜਾਣਾ ਸ਼ੁਰੂ ਕੀਤਾ ਸੀ ਅਤੇ ਉਸ ਦਿਨ ਉਸਨੇ ਫੋਟੋ ਵੀ ਭੇਜੀ ਸੀ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ। ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ, ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੋ ਫਰਵਰੀ ਮਹੀਨੇ ਦੇ ਵਿੱਚ ਇਸ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਸੀ ਪਰ ਅੱਜ ਇਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਜਿੰਮ ਦੇ ਵਿੱਚ ਹੀ ਮੌਤ ਹੋ ਗਈ। ਪੀੜਤ ਦੀ ਮਾਂ ਦੇ ਮੁਤਾਬਿਕ ਜਿੰਮ ਦੇ ਕਿਰਾਏ ਨੂੰ ਲੈ ਕੇ ਇਸ ਨੌਜਵਾਨ ਨੂੰ ਮਾਰਿਆ ਗਿਆ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਦੀ ਮੰਗ ਵੀ ਕੀਤੀ ਗਈ। ਓਨਰ ਨਾਲ ਮੇਰੀ ਗੱਲ ਹੁੰਦੀ ਹੈ, ਓਨਰ ਮੈਨੂੰ ਇਹ ਕਹਿੰਦਾ ਮੈਂ ਇਹਨੂੰ ਇੱਥੇ ਲੈ ਆ, ਜੇ ਓਨਰ ਉਹਨੂੰ DMC ਲੈ ਕੇ ਗਿਆ ਸੀ ਤਾਂ ਉਹਨੂੰ ਐਡਮਿਟ ਤਾਂ ਕਰਵਾਉਂਦਾ ਨਾ, ਕੋਈ ਲਵਾਰਸ ਤਾਂ ਨਹੀਂ ਸੀਗਾ, ਜੇ ਉੱਥੇ ਕੋਈ ਪੈਸੇ ਭਰਨੇ ਸੀ ਕੁਛ ਸੀ। ਉਹ ਮੈਨੂੰ ਫੋਨ ਮਾਰਦਾ ਵੀ ਆਂਟੀ ਜੀ ਮੈਂ ਤੁਹਾਨੂੰ ਭੇਜਦਾ ਵਾ, ਤੁਸੀਂ ਪੇਮੈਂਟ ਭਰੋ, ਇਹਨੂੰ ਐਡਮਿਟ ਕਰਵਾ ਰਿਹਾ ਵਾ। ਉਸ ਬੰਦੇ ਨੇ ਐਡਮਿਟ ਨਹੀਂ ਕਰਾਇਆ, ਕੁਛ ਨਹੀਂ ਕਰਾਇਆ, ਉਹਨੂੰ ਲਵਾਰਸ ਛੱਡ ਕੇ ਭੱਜ ਗਿਆ। ਮੈਨੂੰ ਇਹਨਾਂ ਨੇ ਜਦੋਂ ਫੋਨ ਕੀਤਾ ਮੈਨੂੰ ਕਹਿੰਦੇ ਜੀ ਚੱਲ ਪੋ, ਮੈਂ ਉੱਥੋਂ ਚੱਲੀ ਜਾਂ ਮੈਨੂੰ ਕੱਲ 3 ਵਜੇ ਤੱਕ ਇਹ ਨਹੀਂ ਸੀ ਪਤਾ ਕਿ ਮੇਰਾ ਬੱਚਾ ਐਕਸਪਾਇਰ ਹੋ ਗਿਆ। ਜਿੰਮ ਦਾ ਮੈਟਰ ਹੈ, ਕਿੱਥੇ ਦਾ ਮੈਟਰ ਹੈ, ਕੀ ਗੱਲਬਾਤ ਹੋਈ ਜੀ? ਜਿੰਮ ਫਤਿਹ ਜਿੰਮ ਹੈ ਰਿਸ਼ੀ ਨਗਰ ਦੇ ਵਿੱਚ, ਇਹ ਲੜਕਾ ਜਿਹੜਾ ਸੁਖਚੈਨ ਸਿੰਘ ਹੈ ਉੱਥੇ ਸ਼ਨੀਵਾਰ ਨੂੰ ਉਹਨੇ ਇੱਥੇ ਜੁਆਇਨ ਕੀਤਾ, ਐਤਵਾਰ ਨੂੰ ਰੈਸਟਰੀਜ ਮੰਡੇ ਗਿਆ, ਉੱਥੇ ਸ਼ਾਮ ਨੂੰ 9 ਵਜੇ ਗਿਆ, ਉੱਥੇ ਜਾ ਕੇ ਇਹਨੇ 10 ਮਿੰਟ ਲਾਏ, ਉਸ ਤੋਂ ਬਾਅਦ ਫਸਟ ਫਲੋਰ 'ਤੇ ਥੱਲੇ ਆ ਗਿਆ। ਜਿਹੜੇ ਆਇਆ ਤਾਂ ਉੱਥੇ ਡਿੱਗ ਪਿਆ, ਇੱਕ ਉੱਥੇ ਮਹਿੰਦੀ ਵਾਲਾ ਸੀ, ਉਹਨੇ ਉੱਥੇ ਇਹਨੂੰ ਡਿੱਗੇ ਨੂੰ ਦੇਖਿਆ ਅਤੇ ਉਹ ਚੱਕ ਕੇ ਜਦੋਂ ਹਸਪਤਾਲ ਲਏ, ਰਮਨ ਹੋਸਪਿਟਲ ਲੈ ਕੇ ਆਏ ਪਹਿਲਾਂ, ਉੱਥੇ ਉਹਨਾਂ ਨੇ ਜਵਾਬ ਦੇ ਦਿੱਤਾ, ਉਸ ਤੋਂ ਬਾਅਦ DMC ਲੈ ਗਏ, DMC ਵਾਲਾ ਨੇ ਡੈੱਡ ਘੋਸ਼ਿਤ ਕਰਤਾ ਸੀ ਮੌਕੇ ਦੇ ਉੱਤੇ। ਅਤੇ ਸਰ ਗੱਲ ਕਰੀਏ, ਕਿੰਨੀ ਕੁ ਉਮਰ ਸੀ ਨੌਜਵਾਨ ਦੀ? 29 ਸਾਲ ਦੀ ਉਮਰ ਆ ਮੁੰਡੇ ਦੀ। ਅਤੇ ਸਰ ਪਰਿਵਾਰ ਨੂੰ ਕਿਤੇ ਨਾ ਕਿਤੇ ਸ਼ੱਕ ਆ, ਤਾਂ ਪੋਸਟਮਾਰਟਮ ਕਰਾਇਆ ਜਾ ਰਿਹਾ ਜੀ? ਪਰਿਵਾਰ ਦਾ ਜਿਹੜਾ ਸ਼ੱਕ ਆ ਪੋਸਟਮਾਰਟਮ ਕਰਾ ਕੇ ਦੂਰ ਕਰ ਦਾਂਗੇ, ਜੇ ਕੋਈ ਜਿਹੜਾ ਵੀ ਸ਼ੱਕ ਹੈਗਾ ਉਹ ਕਲੀਅਰ ਹੋ ਜਾਏਗਾ ਪੋਸਟਮਾਰਟਮ ਕਰਾਉਣ ਤੋਂ ਬਾਅਦ। ਸ਼ੱਕੀ ਹਾਲਾਤਾਂ 'ਚ ਮੌਤ ਹੋਈ? ਨਹੀਂ, ਸ਼ੱਕੀ ਹਾਲਾਤਾਂ 'ਚ ਕਹਿ ਤਾਂ ਨਹੀਂ ਸਕਦੇ, ਲੇਕਿਨ ਜਿਹੜੀ ਸ਼ੱਕ ਆ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋ ਗਈ। ਅਤੇ ਕੋਈ ਵੀਡੀਓ ਸਰ ਸਾਹਮਣੇ ਆਈ? ਵੀਡੀਓ ਦੀ ਨਹੀਂ, ਕੋਈ ਸਾਹਮਣੇ ਨਹੀਂ ਆਈ, ਵੈਰੀਫਾਈ ਕਰ ਲਿਆ ਇਹ ਬੰਦਾ ਫਸਟ ਫਲੋਰ 'ਤੇ ਆ ਕੇ ਡਿੱਗ ਪਿਆ ਸੀ। ਲੇਕਿਨ ਨੈਕਸਟ ਜੋ ਵੀ ਇਨਵੈਸਟੀਗੇਸ਼ਨ ਜਾਊਗਾ ਦੇਖ ਲਵਾਂਗੇ, ਜੇ ਬਣਦੀ ਹੋਈ ਕਾਰਵਾਈ ਕਰਾਂਗੇ ਜਿਹੜੀ। ਠੀਕ, ਥੈਂਕ ਯੂ।